ਵਿਦਿਆਰਥੀਓ ਇਸ ਹਫਤੇ ਅਸੀਂ ਸ਼ੁੱਧ ਸ਼ਬਦ ਜੋੜ ਬਾਰੇ ਵਿਚਾਰ ਚਰਚਾ ਕਰਾਂਗੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਲਈ ਸ਼ੁੱਧ ਸ਼ਬਦਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਆਓ ਕੁਝ ਅਸ਼ੁੱਧ ਸ਼ੁੱਧ ਸ਼ਬਦਾਂ ਦੀ ਜਾਣਕਾਰੀ ਹਾਸਲ ਕਰੀਏ ਇਨ੍ਹਾਂ ਸ਼ਬਦਾਂ ਵਿੱਚ ਸਿਹਾਰੀ ਦੀ ਵਰਤੋਂ ਨਹੀਂ ਹੁੰਦੀ ਮਾਲਿਸ਼ ਬੋਲਣ ਵਿੱਚ ਸਿਹਾਰੀ ਦੀ ਆਵਾਜ਼ ਆਉਂਦੀ ਹੈ ਪਰ ਲਿਖਣ ਵਿੱਚ ਮਾਲਿਸ਼ ਮਾਹਿਰ ਮਾਹਰ ਕਾਤਲ ਕਾਤਲ ਜ਼ਾਲਮ ਜ਼ਾਲਮ ਖਾਲਸ ਖਾਲਸ ਹਾਸਲ ਹਾਸਲ ਬਾਹਰ ਬਾਹਰ ਆਖਿਰ ਆਖਰ ਇਹਨਾਂ ਸ਼ਬਦਾਂ ਵਿੱਚ ਅਸੀਂ ਸਿਹਾਰੀ ਦੀ ਵਰਤੋਂ ਨਹੀਂ ਕਰਨੀ ਇਹਨਾਂ ਸ਼ਬਦਾਂ ਵਿੱਚ ਦੁਲਾਵਾਂ ਦੀ ਥਾਂ ਸਿਹਾਰੀ ਦੀ ਵਰਤੋਂ ਹੁੰਦੀ ਹੈ ਨਹਿਰ ਨਹਿਰ ਨੰਨਾ ਹਾਹੇ ਨੂੰ ਸਿਹਾਰੀ ਰਾਰਾ ਨਹਿਰ ਬੋਲਣ ਵਿੱਚ ਦੁਲਾਵਾਂ ਦੀ ਆਵਾਜ਼ ਆਉਂਦੀ ਹੈ ਪਰ ਲਿਖਣ ਵਿੱਚ ਅਸੀਂ ਸਿਹਾਰੀ ਦੀ ਵਰਤੋਂ ਕਰਾਂਗੇ ਸ਼ਹਿਰ ਸ਼ਹਿਰ ਕਹਿਰ ਬਹਿਰ ਕ ਸ ਸਹਾਹੇ ਨੂੰ ਸਿਹਾਰੀ ਕਹਿਣਾ ਕਕਾ ਹਾਹੇ ਨੂੰ ਸਿਹਾਰੀ ਨਾਣੇ ਨੂੰ ਕੰਨਾ ਕਹਿਣਾ ਸਹਿਣਾ ਸਸਾ ਹਾਹੇ ਨੂੰ ਸਿਹਾਰੀ ਨਾਣੇ ਨੂੰ ਕੰਨਾ ਸਹਿਣਾ ਵਹਿਣਾ ਵਾ ਵ ਹਾਹੇ ਨੂੰ ਸਿਹਾਰੀ ਨਾਣੇ ਨੂੰ ਕੰਨਾ ਵਹਿਣਾ ਪਹਿਰ ਠਹਿਰ ਲਹਿਰ ਰ ਰਰ ਹਾਹੇ ਨੂੰ ਸਿਹਾਰੀ ਵ ਵਾ ਵ ਹਾਹੇ ਨੂੰ ਸਿਹਾਰੀ ਲ ਲਲਾ ਹਾਹੇ ਨੂੰ ਸਿਹਾਰੀ ਲਹਿਣਾ ਰਾਰਾ ਹਾਹੇ ਨੂੰ ਸਿਹਾਰੀ ਰਾਣੇ ਨੂੰ ਕੰਨਾਰ ਰਹਿਣਾ ਲੈਣਾ ਸ਼ਹਿਦ ਇਹਨਾਂ ਸ਼ਬਦਾਂ ਵਿੱਚ ਬੋਲਣ ਸਮੇਂ ਦੁਲਾਵਾਂ ਦੀ ਆਵਾਜ਼ ਆਉਂਦੀ ਹੈ ਪਰ ਅਸੀਂ ਸਿਹਾਰੀ ਦੀ ਵਰਤੋਂ ਕਰਨੀ ਹੈ ਉਹ ਇਸ ਦਾ ਸ਼ੁੱਧ ਰੂਪ ਹੈ ਇਹਨਾਂ ਸ਼ਬਦਾਂ ਦੇ ਬਹੁਵਚਨ ਵਿੱਚ ਬਿਹਾਰੀ ਦੀ ਵਰਤੋਂ ਹੁੰਦੀ ਹੈ ਪਤਨੀ ਪਤਨੀਆਂ ਬਿਹਾਰੀ ਬੇਟੀ ਬੇਟੀਆਂ ਚਿੜੀ ਚਿੜੀਆਂ ਗਲੀ ਗਲੀਆਂ ਬਿਹਾਰੀ ਨਾਲ ਲਿਖਿਆ ਸ਼ਬਦ ਬਹੁਵਚਨ ਰੂਪ ਸ਼ੁੱਧ ਹੋਵੇਗਾ ਪਤੀ ਪਤਨੀਆਂ ਇਸ ਗੱਲ ਦਾ ਵਿਦਿਆਰਥੀ ਖਾਸ ਧਿਆਨ ਰੱਖਣਗੇ ਇਨ੍ਹਾਂ ਸ਼ਬਦਾਂ ਦੇ ਆਖਰ ਵਿੱਚ ਰਾਰੇ ਨਾਲ ਣਾਣੇ ਦੀ ਵਰਤੋਂ ਨਹੀਂ ਹੁੰਦੀ ਸਧਾਰਨ ਣਾਣਾ ਨਹੀਂ ਨੰਨਾ ਸਧਾਰਨ ਸੰਪੂਰਣ ਸੰਪੂਰਨ ਨੰਨਾ ਆਵੇਗਾ ਕਾਰਣ ਕਾਰਨ ਮਰਨ ਮਰਨ ਚਾਰਨਾ ਚਾਰਨਾ ਣਾਣਾ ਨਹੀਂ ਨੰਨਾ ਵਿਆਕਰਣ ਵਿਆਕਰਣ ਕਰਨ ਕਰਨ ਚਰਨ 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 ਮਾਰਨ ਮਾਰਨ ਤਾਰਨ ਤਾਰਨ ਣਾਣਾ ਨਹੀਂ ਨੰਨਾ ਇਸ ਦੇ ਵਿਪਰੀਤ ਕਿਰਿਆ ਸ਼ਬਦ ਦੇ ਅੰਤ ਵਿੱਚ ਣਾ ਦੀ ਵਰਤੋਂ ਹੁੰਦੀ ਹੈ ਜਿਵੇਂ ਅਖਣਾ ਗਲਤ ਹੈ ਅਖਣਾ ਸਮਝਾਉਣਾ ਸਮਝਾਉਣਾ ਲੁੱਟਣਾ ਲੁੱਟਣਾ ਣਾਣੇ ਨੂੰ ਕੰਨਾ ਲੁੱਟਣਾ ਕਿਰਿਆ ਦਰਸਾਉਂਦੇ ਸ਼ਬਦ ਹਨ ਗਾਉਣਾ ਗਾਉਣਾ ਕਹਿਣਾ ਕਹਿਣਾ ਖਾਣਾ ਖਾਣਾ ਜਾਣਾ ਜਾਣਾ ਬੈਠਣਾ ਬੈਠਣਾ ਤੁਸੀ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਦੋ ਦੀर्घ स्वर ਇਕੱਠੇ ਨਹੀਂ ਵਰਤੇ ਜਾਂਦੇ ਜਿਵੇਂ ਆਜ਼ਾਦ ਇਹ ਅਸ਼ੁੱਧ ਰੂਪ ਹੈ ਆਜ਼ਾਦ ਸਧਾਰਨ ਸਧਾਰਨ ਆਰਾਮ ਆਰਾਮ ਆਸਮਾਨ ਅਸਮਾਨ ਚਾਲਾਕ ਸ਼ੁੱਧ ਰੂਪ ਚਲਾਕ ਹੈ ਆਕਾਸ਼ ਆਕਾਸ਼ ਸ਼ੁੱਧ ਰੂਪ ਹੈ ਆਬਾਦ ਆਬਾਦ ਸ਼ੁੱਧ ਰੂਪ ਹੈ ਬਾਜ਼ਾਰ ਬਾਜ਼ਾਰ ਜੇ ਤੁਸੀਂ ਧਿਆਨ ਨਾਲ ਸੁਣੋ ਤਾਂ ਦੋ ਦੀਰਘ ਸਵਰ ਹਿੰਦੀ ਰੂਪ ਧਾਰਨ ਕਰਦੇ ਹਨ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਜੇ ਹਾਹੇ ਤੋਂ ਪਹਿਲਾਂ ਵਾਲੇ ਅੱਖਰ ਨਾਲ ਲਾਂ ਦੀ ਵਰਤੋਂ ਹੋਵੇ ਤਾਂ ਸ਼ੁੱਧ ਰੂਪ ਵਿੱਚ ਇਹਨਾਂ ਸ਼ਬਦਾਂ ਵਿੱਚ ਲਾਂ ਦੀ ਥਾਂ ਸਿਹਾਰੀ ਦੀ ਵਰਤੋਂ ਹੁੰਦੀ ਹੈ ਭਾਵ ਜੇ ਹਾਹੇ ਤੋਂ ਪਹਿਲਾਂ ਲਾਂ ਦੀ ਆਵਾਜ਼ ਲੱਗੇ ਤਾਂ ਉੱਥੇ ਸਿਹਾਰੀ ਦੀ ਵਰਤੋਂ ਹੋਵੇਗੀ ਜਿਵੇਂ ਮਿਹਨਤ ਲਾਂ ਦੀ ਥਾਂ ਸਿਹਾਰੀ ਮਿਹਨਤ ਮੰਮੇ ਨੂੰ ਸਿਹਾਰੀ ਹਾ ਹਾ ਨੰਨਾ ਤੱਤਾ ਮਿਹਨਤ ਸਿਹਰਾ ਸਿਹਰਾ ਮਿਹਰ ਮਿਹਰ ਸਿਹਤ ਸਿਹਤ ਸੱਸੇ ਨੂੰ ਸਿਹਾਰੀ ਵੇਲਾ ਵਾਵੇ ਨੂੰ ਸਿਹਾਰੀ ਵਹਿਲਾ ਵੇੜਾ ਵਾਵੇਂ ਨੂੰ ਸਿਹਾਰੀ ਹਾਹਾ ਡਾੜੇ ਨੂੰ ਕੰਨਾ ਵੇੜਾ ਜਿਹੜਾ ਜਿਹੜਾ ਕਿਹੜਾ ਕਿਹੜਾ ਤੁਸੀਂ ਇਹਨਾਂ ਦੀ ਵਰਤੋਂ ਦਾ ਧਿਆਨ ਰੱਖਣਾ ਹੈ ਜੇ ਹਾ ਹੈ ਤਾਂ ਪਹਿਲਾਂ ਕਨੌੜੇ ਦੀ ਵਰਤੋਂ ਭਾਫ ਕਨੌੜੇ ਦੀ ਆਵਾਜ਼ ਆਵੇ ਤਾਂ ਇਸ ਦੇ ਸ਼ੁੱਧ ਰੂਪ ਵਿੱਚ ਔਂਕੜ ਲਾ ਕੇ ਸ਼ਬਦ ਲਿਖਿਆ ਜਾਂਦਾ ਹੈ ਜਿਵੇਂ ਸੋਹਰਾ ਇਥੇ ਕਨੌੜੇ ਦੀ ਆਵਾਜ਼ ਆ ਰਹੀ ਹੈ ਪਰਸ਼ੁੱਧ ਰੂਪ ਹੈ ਸ ਸ ਹਾਹੇ ਨੂੰ ਔਂਕੜ ਰਾਰੇ ਨੂੰ ਕੰਨਾ ਸੋਹਰਾ ਬਹੁਤ ਬੱਬਾ ਹਾਹੇ ਨੂੰ ਔਂਕੜ ਤੱਤਾ ਬਹੁਤ ਸ ਸ ਹਾਹੇ ਨੂੰ ਔਂਕੜ ਉੱਪਰ ਟਿੱਪੀ ਸੋ ਨ ਨੰਨਾ ਹਾਹੇ ਨੂੰ ਔਂਕੜ ਉੱਪਰ ਟਿੱਪੀ ਨੋ ਗੋ ਵੋਟੀ ਵਾ ਵਾ ਹਾਹੇ ਨੂੰ ਔਂਕੜ ਟੈਂਕੇ ਨੂੰ ਬਿਹਾਰੀ ਵੋਟੀ ਮੋਹਰਾ ਤੋੜ ਇਸ ਗੱਲ ਦਾ ਧਿਆਨ ਰੱਖੋ ਪਰ ਸੋਹਣਾ ਸ਼ਬਦ ਸ਼ੁੱਧ ਰੂਪ ਵਿੱਚ ਸੋਹਣਾ ਨਹੀਂ ਹੋਏਗਾ ਔਂਕੜ ਨਹੀਂ ਹੋੜਾ ਆਵੇਗਾ ਹਿੰਦੀ ਸ਼ਬਦਾਂ ਦੇ ਛ ਨਾਲ ਲਿਖੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਵੇਲੇ ਸ ਸ ਦੀ ਵਰਤੋਂ ਹੁੰਦੀ ਹੈ ਜਿਵੇਂ ਸ਼ਿਖਰ ਤਾਂ ਪੰਜਾਬੀ ਵਿੱਚ ਲਿਖਾਂਗੇ ਸਿਖਰ ਸ਼ੀਤਲ ਪੰਜਾਬੀ ਵਿੱਚ ਹੋਏਗਾ ਸ਼ੀਤਲ ਕੇਸ਼ ਕੇਸ ਸ਼ਗਨ ਸਗਨ ਵੇਸ਼ ਵੇਸ ਪਰਦੇਸ਼ ਪੰਜਾਬੀ ਵਿੱਚ ਸ਼ੁੱਧ ਰੂਪ ਹੋਏਗਾ ਪਰਦੇਸ਼ ਅਕਸਰ ੜਾੜੇ ਤੋਂ ਬਾਅਦ ੜਾਣੇ ਦੀ বাজਾਈ ਨੰਨੇ ਦੀ ਵਰਤੋਂ ਹੁੰਦੀ ਹੈ

ਯਯੇ ਦੀ ਥਾਂ ਤੇ ਆੜੇ ਨੂੰ ਕੰਨਾ ਆ ਦੀ ਵਰਤੋਂ ਹੁੰਦੀ ਹੈ ਜਿਵੇਂ ਪਿਆਰ ਯਯਾ ਨਹੀਂ ਪਿਆਰ ਪੱਪੇ ਨੂੰ ਸਿਹਾਰੀ ਆੜੇ ਨੂੰ ਕੰਨਾ ਰਾਰਾ ਪਿਆਰ ਮੀਆਂ ਮੀ ਆਨ ਹਥਿਆਰ ਹਥਿਆਰ ਦਇਆ ਦਇਆ ਦਦਾ ਈੜੀ ਨੂੰ ਸਿਹਾਰੀ ਆੜੇ ਨੂੰ ਕੰਨਾ ਦਯਾ ਤਿਆਰ ਤਿਆਰ ਸਿਆਰ ਸੀ ਆਰ ਦਯਾਲ ਦਯਾਲ ਗਿਆ ਯਈਆ ਨਹੀਂ ਗਿਆ ਗੱਗੇ ਨੂੰ ਸਿਹਾਰੀ ਆੜੇ ਨੂੰ ਕੰਨਾ ਗਿਆ ਯਈਏ ਦੀ ਥਾਂ ਆੜੇ ਨੂੰ ਕੰਨਾ ਆ ਦੀ ਵਰਤੋਂ ਹੋਵੇਗੀ ਕੋਜ ਹੋਰ ਸ਼ੁੱਧ ਸ਼ਬਦ ਜੋੜ on the on the ਖਿਡਾਣਾ ਖਿਡਾਉਣਾ ਆਰੰਭ ਆਰੰਭ ਸੁਧਾਰਿਕ ਸੁਧਾਰਕ ਹੰਝੂ ਹੰਝੂ ਚੱਜਾ ਚਾਹੀਦਾ ਹਾਹੇ ਨੂੰ ਬਿਹਾਰੀ ਚਾਹੀਦਾ ਖੰਗ ਗੱਗਾ ਨਹੀਂ ਖੰਗ ਕੱਗਾ ਠੰਡ ਡੱਡਾ ਨਹੀਂ ਢੱਡਾ ਢੱਡਾ ਢੋਲ ਠ ਠੱਠੇ ਤੇ ਟਿੱਪੀ ਢੱਡਾ ਠੰਡ ਪੀਂਗ ਗੱਗਾ ਨਹੀਂ ਘੱਗਾ ਪੀਂਗ ਜਾਣਨਾ ਜਾਣਣਾ ਲੈ ਜਾ ਲੱਲਾ ਹਾਏ ਨੂੰ ਸਿਹਾਰੀ ਜੱਜੇ ਨੂੰ ਕਨਾਲ ਲੈ ਜਾ ਚੰਨ ਚੱチェ ਤੇ ਟਿੱਪੀ ਨੰਨਾ ਤੁਹਾਨੂੰ ਯਾਦ ਹੈ ਮੁਕਤਾ ਸ਼ਬਦ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਸੁਣਾਉਂਦਾ ਸੁਣਾਉਂਦਾ ਭਜਾਣਾ ਭਜਾਉਣਾ ਸੜਕ ਗਲਤ ਹੈ ਸੜਕ ਸੰਬੰਧ ਸਸੇਤੇ ਵੀ ਟਿੱਪੀ ਬੱਬੇਤੇ ਵੀ ਟਿੱਪੀ ਸੰਬੰਧ ਕਠਿਨ ਕਠਨ ਯਤਨ ਜਤਨ ਕੁਰਾਣਾ ਕੁਰਨਾ ਤੋਲਿਆ ਤੋਲਿਆ ਤ ਤਾਂ ਤੈਨੂੰ ਕਨੌੜਾ ਲੱਲੇ ਨੂੰ ਬਿਹਾਰੀ ਆੜੇ ਨੂੰ ਕੰਨਾ ਤੌਲਿਆ ਪਛਾਨਣਾ ਪਛਾਨਣਾ ਨੰਨਾ ਪਹਿਲਾ ਣਾਣੇ ਨੂੰ ਕੰਨਾ ਬਾਅਦ ਚ ਮਾਨਣਾ ਇਸ ਵਿੱਚ ਵੀ ਮੰਮੇ ਨੂੰ ਕੰਨਾ ਨੰਨਾ ਣਾਣੇ ਨੂੰ ਕੰਨਾ ਮਾਨਣਾ ਚੁੰਨੀ ਅੱਧਕ ਨਹੀਂ ਟਿੱਪੀ ਚੁੰਨੀ ਪਰੰਤੂ ਪਪਾ ਰਾਰੇ ਤੇ ਟਿੱਪੀ ਤਖਤੇ ਨੂੰ ਦਲੈਂਕੜ ਪਰੰਤੂ ਤੁਸੀਂ ਸਾਰਿਆਂ ਨੇ ਇਹਨਾਂ ਸ਼ਬਦਾਂ ਨੂੰ ਯਾਦ ਕਰਨਾ ਹੈ ਅਤੇ ਸ਼ੁੱਧ ਰੂਪ ਲਿਖਣਾ ਹੈ ਧੰਨਵਾਦ